ਟਿਊਬਰ ਨੂੰ ਪੁਲਿਸ ਨੇ ਘਰੋਂ ਚੁੱਕ ਲਿਆ। ਵਿਵਾਦਾਂ ਦੇ ਨਾਲ ਰਹਿੰਦਾ ਸੀਗਾ ਇਸਦਾ ਪੁਰਾਣਾ ਨਾਤਾ, ਤਾਂ ਤੁਸੀਂ ਦੇਖ ਸਕਦੇ ਹੋ ਹੁਣ ਪੁਲਿਸ ਨੇ ਘਰੋਂ ਇਸ ਯੂਟਿਊਬਰ ਨੂੰ, ਮਸ਼ਹੂਰ ਯੂਟਿਊਬਰ ਨੂੰ ਚੱਕ ਲਿਆ। ਸੋਸ਼ਲ ਮੀਡੀਆ ਦੇ ਉੱਤੇ ਪ੍ਰਭਾਵਕ ਬੌਬੀ ਕਟਾਰੀਆ, ਜੋ ਅਕਸਰ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਹੈ, ਉਸਨੂੰ ਗੁਰੂਗ੍ਰਾਮ ਪੁਲਿਸ ਨੇ ਸੋਮਵਾਰ ਨੂੰ ਮਨੁੱਖੀ ਤਸਕਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਤਾਂ ਦਾਅਵਾ ਕੀਤਾ ਕਿ ਕਟਾਰੀਆ ਨੇ ਵਿਦੇਸ਼ ਦੇ ਵਿੱਚ ਨੌਕਰੀ ਦਿਵਾਉਣ ਦੇ ਨਾਂ ਤੇ 4 ਲੱਖ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਕੀਤੀ ਹੈ। ਇਸ ਸੰਬੰਧੀ ਅਰੁਣ ਕੁਮਾਰ ਵਾਸੀ ਫਤਿਹਪੁਰ ਅਤੇ ਮਨੀਸ਼ ਤੋਮਰ ਤੁਲਾਨਾ ਦਾ, ਜੋ ਕਿ ਉੱਤਰ ਪ੍ਰਦੇਸ਼ ਦੇ ਸੀਗੇ, ਤੇ ਇਸ ਸੰਬੰਧੀ ਰਿਪੋਰਟ ਦਰਜ ਕਰਵਾਈ ਗਈ ਹੈ। ਸ਼ਿਕਾਇਤ ਮੁਤਾਬਕ ਉਸਨੇ ਵਿਦੇਸ਼ ਦੇ ਵਿੱਚ ਕੰਮ ਦੀ ਪੇਸ਼ਕਸ਼ ਦੇ ਨਾਲ ਸੰਬੰਧਿਤ ਇੰਸਟਾਗ੍ਰਾਮ ਦੇ ਉੱਤੇ ਇੱਕ ਵਿਗਿਆਪਨ ਦੇਖਿਆ, ਇਸ਼ਤਿਹਾਰ ਕਟਾਰੀਆ ਦੇ ਅਧਿਕਾਰਤ ਖਾਤੇ ਤੋਂ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ ਦੇ ਉੱਤੇ ਅਤੇ ਯੂਟਿਊਬ ਦੇ ਉੱਤੇ ਪੋਸਟ ਕੀਤਾ ਗਿਆ ਸੀ। ਪ੍ਰਭਾਵਕ ਦੇ ਨਾਲ ਸੰਪਰਕ ਕਰਨ ਦੇ ਲਈ ਉਸਨੂੰ ਗੁਰੂਗ੍ਰਾਮ ਦੇ ਇੱਕ ਮਾਲ ਦੇ ਵਿੱਚ ਸਥਿਤ ਇੱਕ ਦਫ਼ਤਰ 'ਚ ਮਿਲਣ ਦੇ ਲਈ ਕਿਹਾ ਗਿਆ। ਸ਼ਿਕਾਇਤ ਤੋਂ ਬਾਅਦ ਕਟਾਰੀਆ ਅਤੇ ਹੋਰਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਕਟਾਰੀਆ ਨੂੰ ਸੋਮਵਾਰ ਸ਼ਾਮ ਉਹਨਾਂ ਦੇ ਗੁਰੂਗ੍ਰਾਮ ਦਫ਼ਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਤਾਂ NIA ਨੇ ਸੋਮਵਾਰ ਨੂੰ ਕਈ ਰਾਜਾਂ ਦੇ ਵਿੱਚ ਛਾਪੇਮਾਰੀ ਕੀਤੀ ਅਤੇ ਇੱਕ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਅਤੇ ਸਾਈਬਰ ਧੋਖਾਧੜੀ ਦੇ ਰਿੰਗ ਦੇ ਵਿੱਚ ਕਥਿਤ ਤੌਰ ਦੇ ਉੱਤੇ ਸ਼ਾਮਲ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਭਾਰਤੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਝੂਠੇ ਵਾਅਦੇ ਕਰਕੇ ਵਿਦੇਸ਼ ਭੇਜਣ ਦੇ ਲਈ ਉਕਸਾਉਂਦੇ ਸਨ। ਗਰੋਹ ਵੱਲੋਂ ਫੜੇ ਗਏ ਨੌਜਵਾਨਾਂ ਨੂੰ SEZ, ਲਾਓਸ ਅਤੇ ਕੰਬੋਡੀਆ ਸਮੇਤ ਹੋਰ ਦੇਸ਼ਾਂ ਦੇ ਵਿੱਚ ਸਾਈਬਰ ਅਪਰਾਧਾਂ ਦੇ ਲਈ ਚਲਾਏ ਜਾ ਰਹੇ ਫਰਜ਼ੀ ਕਾਲ ਸੈਂਟਰਾਂ ਦੇ ਵਿੱਚ ਕੰਮ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਸੀ। ਵਡੋਦਰਾ ਗੁਜਰਾਤ ਅਤੇ ਮਨੀਸ਼ ਹਿੰਗੂ ਗੋਪਾਲਗੰਜ ਬਿਹਾਰ ਦੇ, ਪ੍ਰਹਲਾਦ ਸਿੰਘ ਦੱਖਣੀ ਪੱਛਮੀ ਦਿੱਲੀ ਦੇ, ਨਬੀ ਆਲਮ ਰੇ ਤੇ ਜਨਾਲੀ ਪੰਜਾਬ ਦੇ ਵਿੱਚ 15 ਥਾਵਾਂ ਦੇ ਉੱਤੇ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਨੂੰ। ਤੇ ਜਨਾਲੀ ਚੰਡੀਗੜ੍ਹ ਦੇ ਬਲਵੰਤ ਕਟਾਰੀਆ ਅਤੇ ਸਰਤਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। NIA ਨੇ ਰਾਜ ਪੁਲਿਸ ਬਲਾਂ ਅਤੇ ਕੇਂਦਰੀ ਖੁਫੀਆ ਏਜੰਸੀਆਂ ਦੇ ਨਾਲ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਹੈ ਕਾਰਵਾਈ ਕੀਤੀ ਹੈ। ਜਨਾਲੀ ਪੱਛਮੀ ਦਿੱਲੀ, ਦੱਖਣੀ ਪੱਛਮੀ ਦਿੱਲੀ ਦੇ ਨਬੀ ਆਲਮ ਰੇ, ਗੁਰੂਗ੍ਰਾਮ ਹਰਿਆਣਾ ਨੂੰ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਦਿੱਲੀ, ਹਰਿਆਣਾ, ਪੰਜਾਬ ਦੇ ਵਿੱਚ 15 ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ। ਤਲਾਸ਼ੀ ਦੌਰਾਨ ਦਸਤਾਵੇਜ਼, ਡਿਜੀਟਲ ਯੰਤਰ, ਰਜਿਸਟਰ, ਕਈ ਜਿਹੜਾ ਪਾਸਪੋਰਟ ਅਤੇ ਜਾਲੀ ਵਿਦੇਸ਼ੀ ਨਿਯੁਕਤੀ ਪੱਤਰਾਂ ਦੇ ਸਮੇਤ ਕਈ ਅਪਰਾਧਕ ਜਿਹੜਾ ਸਮੱਗਰੀ ਜ਼ਬਤ ਕੀਤੀ ਗਈ ਹੈ। NIA ਨੇ ਕਿਹਾ ਕਿ ਕਈ ਰਾਜਾਂ ਦੀ ਪੁਲਿਸ ਵੱਲੋਂ 8 ਨਵੀਆਂ FIR ਦਰਜ ਕੀਤੀਆਂ ਗਈਆਂ ਹਨ ਅਤੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮਸ਼ਹੂਰ ਯੂਟਿਊਬਰ ਨੂੰ ਪੁਲਿਸ ਨੇ ਘਰੋਂ ਚੁੱਕ ਲਿਆ।